हेलो जी, सत श्री अकाल सारे नूं। की हाल चाल है? तो अज बहुत ही खुशी वाली गल है, जिथे असी जा रहे हैं जलंधर, तो क्योंकि मम्मी का आ गया वीज़ा। थोड़ा किवें किवें लग रहा थोनू, थोड़ा वीज़ा आ गया? बहुत वधिया, थोनू तो नज़ारा लगना ही है बई। तुसीं तां चलो कनेडा है, साडे वर्गे इत्थे रह गए। तो सो आप चलते हैं। अज एक्चुअली अपॉइंटमेंट लेती सी जलंधर VFS तो ਬਈ ਉੱਥੇ ਆਪਾਂ ਹੁਣ ਅੱਜ ਪਾਸਪੋਰਟ ਸਬਮਿਟ ਕਰਵਾ ਕੇ ਆਉਣਾ, ਦੈਨ ਉਹ ਹਫ਼ਤੇ ਦੇ ਵਿੱਚ ਵਿੱਚ ਵੀਜ਼ਾ ਮਤਲਬ ਪ੍ਰਿੰਟ ਆਊਟ ਕਰਕੇ ਭੇਜ ਦੇਣਗੇ। PPR ਆ ਗਈ ਸੀ ਆਪਣੀ। ਸੋ ਹੁਣ ਮੈਂ ਅਤੇ ਮੰਮੀ ਜਾ ਰਹੇ ਹਾਂ ਜਲੰਧਰ, ਅਤੇ ਸੋ ਤੁਹਾਨੂੰ ਵੀ ਦਿਖਾਉਂਦੇ ਹਾਂ ਨਾਲ ਨਾਲ। ਆਪਣੀ ਜਰਨੀ ਹੋ ਗਈ ਆ ਜੀ ਸਟਾਰਟ, ਅਤੇ ਘਰੋਂ ਚੱਲ ਪਏ ਆਪਾਂ ਹੁਣੇ। ਅਪੁਆਇੰਟਮੈਂਟ ਹੀ ਆਪਣੀ 4:45 ਦਾ ਟਾਈਮ ਮਿਲਿਆ ਸੀਗਾ, ਅਤੇ ਚਲੋ ਹੁਣ ਆਪਾਂ ਚੱਲਦੇ ਹਾਂ। ਅਤੇ ਵੈਸੇ ਜਾਣ ਤੋਂ ਪਹਿਲਾਂ ਇੱਕ ਵਾਰੀ ਕਹਿੰਦੇ ਹੁੰਦੇ ਆ ਨਾ, ਰੱਬ ਦਾ ਨਾਂ ਲੈ ਲੈਣਾ ਚਾਹੀਦਾ, ਹੈ ਨਾ। ਸੋ ਆਪਾਂ ਗੁਰਦੁਆਰਾ ਸਾਹਿਬ ਹੋ ਕੇ ਚੱਲਦੇ ਹਾਂ। ਆ ਜੀ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ, ਇੱਥੇ ਆਪਾਂ ਦਰਸ਼ਨ ਕਰਕੇ ਫਿਰ ਚੱਲਦੇ ਹਾਂ ਆਪਾਂ ਵੀਜ਼ਾ ਆਫਿਸ ਜਲੰਧਰ। ਵਾਹਿਗੁਰੂ ਸੱਚਾ ਪਾਤਸ਼ਾਹ। ਆਪਾਂ ਪਹੁੰਚ ਗਏ ਹਾਂ ਜਲੰਧਰ, ਅਤੇ ਹੁਣ ਇੱਥੋਂ ਇਹਦੀ ਐਂਟਰੀ ਸਟਾਰਟ ਹੋ ਗਈ ਹੈ ਜਲੰਧਰ ਦੀ। ਆਪਾਂ ਜਾਣਾ ਹੈਗਾ VFS, ਇਹ ਹੈਗੀ ਆ ਬਿਲਕੁਲ ਇਹਦੇ ਮੇਨ ਚੌਂਕ ਦੇ ਵਿੱਚ, ਬੱਸ ਸਟੈਂਡ ਤੋਂ ਪਹਿਲਾਂ ਹੀ ਆ। ਅਤੇ ਚੱਲਦੇ ਹਾਂ, ਅਪੁਆਇੰਟਮੈਂਟ ਦੇ ਵਿੱਚ ਘੱਟੋ ਘੱਟ ਹਜੇ ਘੰਟਾ ਪਿਆ ਹੈਗਾ ਆਪਣਾ, ਹੋ ਸਕਦਾ ਸ਼ਾਇਦ ਪਹਿਲਾਂ ਹੀ ਕਰਵਾ ਦੇਣ, ਅਤੇ ਦੇਖਦੇ ਹਾਂ ਚੱਲ ਕੇ। ਜਲੰਧਰ ਦੀ ਇੱਕ ਬਹੁਤ ਹੀ ਖਾਸ ਚੀਜ਼ ਹੈ ਜੀ, ਆਹ ਜਿਵੇਂ ਦੁਬਈ ਦੀ ਹੈਗੀ ਬੁਰਜ ਖਲੀਫਾ, ਇਹਦਾ ਹੈਗਾ ਆਹ ਦੂਰਦਰਸ਼ਨ TV ਟਾਵਰ ਬਣਿਆ ਹੋਇਆ ਜਿਹੜਾ, ਇੱਥੋਂ ਪਤਾ ਲੱਗ ਜਾਂਦਾ ਵੀ ਜਲੰਧਰ ਪਹੁੰਚਣਾ ਨੇ ਆਪਾਂ, ਹੈ ਨਾ। ਜਲੰਧਰ 'ਚ ਐਂਟਰੀ ਹੋ ਗਈ ਬਸ, ਆਪਾਂ ਪਹੁੰਚ ਗਏ ਸੀ ਵੀਜ਼ਾ ਦਫ਼ਤਰ, ਅਤੇ ਅੰਦਰ ਨਾ ਤਾਂ ਫੋਨ ਅਲਾਓ ਕਰਦੇ ਆ ਨਾ ਚੱਕਣਾ, ਅਤੇ ਵੀਡੀਓ ਤਾਂ ਬਹੁਤ ਦੂਰ ਦੀ ਗੱਲ ਹੈ, ਨਹੀਂ ਬਣਾ ਸਕਦੇ। ਚਲੋ ਵਧੀਆ ਗੱਲ ਹੈ ਵੈਸੇ, ਸਿਕਿਉਰਿਟੀ ਵਾਈਜ਼ ਹੁੰਦਾ ਹੈਗਾ। ਸੋ ਆਪਾਂ ਪਾਸਪੋਰਟ ਸਬਮਿਟ ਕਰਵਾ ਤਾ ਹੈਗਾ ਇਹਨਾਂ ਨੂੰ, ਅਤੇ ਇਹ ਹੁਣ ਕਹਿ ਰਹੇ ਸੀ ਕਿ ਤੁਹਾਡਾ ਪਾਸਪੋਰਟ ਆ ਜੂਗਾ, ਮਤਲਬ ਜਿਹੜੀ ਕੋਰੀਅਰ ਸਰਵਿਸ ਹੈ ਨਾ ਬਲੂ ਡਾਟ ਦੀ, ਨੀਅਰੈਸਟ ਮਤਲਬ ਸਿਟੀ, ਹੁਣ ਜਿਵੇਂ ਆਪਣੇ ਫਰੀਦਕੋਟ ਸਿਟੀ ਇੱਥੇ ਨਹੀਂ ਆਉਂਦੇ, ਕਿਤੋਂ ਹੋਰ ਜਿਹੜੇ ਨੇੜੇ ਹੈਗਾ ਜਿਵੇਂ ਮੋਗੇ ਬਠਿੰਡਾ, ਇੱਥੋਂ ਕਲੈਕਟ ਕਰ ਸਕਦੇ ਹਾਂ। ਸੋ ਆਪਾਂ ਇੱਕ ਵਾਰੀ ਹੁਣ ਉੱਥੇ ਲੈ ਆਉਂਦਾ ਸੀ ਪਾਸਪੋਰਟ, ਅਤੇ ਜਿੱਦਣ ਇਹਨਾਂ ਦਾ ਮੈਸੇਜ ਆਊਗਾ ਫਿਰ ਆਪਾਂ ਉੱਥੋਂ ਬਲੂ ਡਾਟ ਦਿਓ, ਉੱਥੋਂ ਸਾਰਾ ਕਲੈਕਟ ਕਰਕੇ ਲੈ ਆਵਾਂਗੇ ਇਹਨਾਂ ਤੋਂ। ਸੋ ਚਲੋ ਆਪਾਂ ਹੁਣ ਚੱਲਦੇ ਹਾਂ ਜੀ ਵਾਪਸੀ, ਅਤੇ ਤੁਹਾਨੂੰ ਫਿਰ ਮਿਲਦੇ ਹਾਂ ਆਪਾਂ ਜਿੱਦਣ ਪਾਸਪੋਰਟ ਕਲੈਕਟ ਕਰਨ ਆਵਾਂਗੇ। ਇੰਨੀ ਕੁ ਜ਼ਿਆਦਾ ਭੀੜ ਹੁੰਦੀਆਂ, ਗੱਡੀਆਂ ਬਾਹਰ ਹੀ ਖੜਾਈਆਂ ਹੁੰਦੀਆਂ, ਪਾਰਕਿੰਗ ਲਈ ਜਗ੍ਹਾ ਵੀ ਨਹੀਂ ਮਿਲਦੀ ਗੀ, ਇਹ ਨਾ ਹੀ ਹੈਗੀ ਰੋਡ 'ਤੇ ਗੱਡੀਆਂ ਖੜਦੀਆਂ ਨਾ, ਉਹ ਆਪਣੀ ਗੱਡੀ ਵੀ ਉਹ ਸਾਹਮਣੇ ਖੜੀ ਹੋਈ, ਅਤੇ ਸਾਰੀਆਂ ਗੱਡੀਆਂ ਦਾ ਬਸ ਇੱਥੇ ਇਹ ਵੀ ਧਿਆਨ ਰੱਖਣਾ ਪੈਂਦਾ ਵੀ ਪੁਲਿਸ ਚੱਕ ਕੇ ਵੀ ਲੈ ਜਾ ਸਕਦੀ ਹੈ, ਕੋਈ ਵੱਡੀ ਗੱਲ ਨਹੀਂ ਹੈ ਇੱਥੇ। ਬੜੀ ਭੁੱਖ ਲੱਗੀ ਸੀ ਅਤੇ ਹੁਣ ਆਪਾਂ ਰੁਕੇ ਹਾਂ ਇੱਥੇ ਇੱਕ ਬਰਗਰ ਖਾਣ ਵਾਸਤੇ, ਇਹਦਾ ਨਾਮ ਹੈਗਾ ਬਰਗਰ ਕੰਪਨੀ, ਬਸ ਉਹ ਬਣਿਆ ਹੋਇਆ ਵੀ। ਚੱਲ ਪਿਆ ਜੀ ਇੱਥੋਂ ਫਿਰ ਬਰਗਰ ਵਗੈਰਾ ਖਾ ਕੇ, ਬੜੀ ਸੋਹਣੀ ਪਲੇਸ ਬਣੀ ਹੋਈ ਆ ਹੈ ਨਾ, ਇੱਥੇ ਜੇ ਕਿਸੇ ਨੇ ਵੀ ਰੁਕਣਾ ਹੈਗਾ, ਅਤੇ ਜਿਹੜਾ ਖਾਸ ਕਰ ਕੋਈ ਆਪਣੇ ਸਨੈਕਸ ਖਾਣ ਦਾ ਸ਼ੌਕੀਨ ਹੈ ਨਾ, ਉਹ ਇੱਥੇ ਰੁਕ ਸਕਦਾ। ਦਾ ਬਰਗਰ ਕੰਪਨੀ ਆਹ ਬਣਿਆ ਹੋਇਆ ਹੈਗਾ ਫਿਰੋਜ਼ਪੁਰ ਟੂ ਮੋਗਾ ਰੋਡ 'ਤੇ, ਦਾ ਬਰਗਰ ਕੰਪਨੀ ਬਹੁਤ ਵਧੀਆ ਸੀਗਾ, ਟੇਸਟ ਵੀ ਅੱਛਾ ਸੀਗਾ ਬਰਗਰ ਵਗੈਰਾ ਦਾ। ਹੁਣ ਆਪਾਂ ਚੱਲਦੇ ਹਾਂ ਜੀ ਘਰ ਨੂੰ, ਆਪਣੇ ਅੱਜ ਦਾ ਸਫ਼ਰ ਸਮਾਪਤ ਆ ਵੈਸੇ, ਕਿਉਂਕਿ ਆਪਣੇ ਜਿਹੜੇ ਅੱਜ ਕੰਮ ਕਰਨ ਆਏ ਸੀ ਉਹ ਤਾਂ ਹੋ ਗਿਆ ਜੀ। ਸਤਿ ਸ਼੍ਰੀ ਅਕਾਲ, ਅਤੇ ਉਸ ਦਿਨ ਆਪਾਂ ਪਾਸਪੋਰਟ ਛੱਡ ਕੇ ਆਏ ਸੀਗੇ VFS ਦਫ਼ਤਰ ਜਿਹੜਾ ਜਲੰਧਰ ਬਣਿਆ ਹੋਇਆ ਅੰਬੈਸੀ ਦਾ, ਅਤੇ ਇਹਨਾਂ ਨੇ ਰਾਈਟ 6 ਦਿਨਾਂ ਦੇ ਵਿੱਚ ਵਿੱਚ ਆਪਾਂ ਨੂੰ ਪਾਸਪੋਰਟ ਦੇ ਦਿੱਤਾ ਗਾ। ਸੋ ਹੁਣ ਆਪਾਂ ਅੱਜ ਮੋਗੇ ਪਾਸਪੋਰਟ ਆ ਗਿਆ ਸੀ, ਅਤੇ ਆਪਾਂ ਨੂੰ ਉਹ ਕਹਿੰਦੇ ਕਿ ਇੱਥੋਂ ਲੈ ਜਾਓ ਆ ਕੇ, ਅਤੇ ਹੁਣ ਆਪਾਂ ਪਾਸਪੋਰਟ ਲੈਣ ਜਾ ਰਹੇ ਹਾਂ ਮੋਗੇ, ਅਤੇ ਹੁਣ ਦੇਖਦੇ ਹਾਂ ਵੀ ਕੀ ਫੋਰਮੈਲਿਟੀਜ਼ ਆ। ਵੈਸੇ ਉਹ ਕਹਿੰਦੇ ਵੀ ਜਿਹਦਾ ਹੁੰਦਾ ਪਾਸਪੋਰਟ ਉਹ ਨਹੀਂ, ਘਰ ਦੇ ਵੀ ਨਾਲ ਆ ਕੇ ਅਤੇ ਆਪਦਾ ID ਪਰੂਫ ਇੱਕ ਵੈਲਿਡ ਲੈ ਕੇ ਅਤੇ ਲਿਜਾ ਸਕਦੇ ਹੋ। ਸੋ ਆਪਣੇ ਫਰੀਦਕੋਟ ਤੋਂ ਸਾਰਾ ਕੋਈ 50 ਕਿਲੋਮੀਟਰ ਹੀ ਆ ਮੋਗਾ, ਅਤੇ ਆਪਾਂ ਉੱਥੋਂ ਲੈਣ ਜਾ ਰਹੇ ਹਾਂ ਪਾਸਪੋਰਟ। ਨੀਅਰੈਸਟ ਕੋਈ ਵੀ ਹੈ ਨਹੀਂ ਸੀ, ਉੱਧਰੋਂ ਵੀ ਤੁਹਾਨੂੰ ਦੱਸਿਆ ਸੀ ਜਾਂ ਤਾਂ ਬਠਿੰਡੇ ਆ ਜਾਂ ਮੋਗੇ ਆ, ਆਪਾਂ ਫਿਰ ਮੋਗਾ ਕਰਾ ਲਿਆ ਸੀ, ਬਠਿੰਡਾ ਥੋੜ੍ਹਾ ਦੂਰ ਪੈਂਦਾ ਆਪਾਂ ਨੂੰ, ਅਤੇ ਨਾਲੇ ਈਜ਼ੀਲੀ ਚਲੋ ਆਪਾਂ ਨੂੰ ਇੱਧਰੋਂ ਕਨਵੀਨੀਅੰਟ, ਇੱਧਰ ਨੂੰ ਜਾਣਾ ਵੀ ਸੌਖਾ ਹੈਗਾ, ਰੋਡ ਵਗੈਰਾ ਅੱਛੀਆਂ ਬਣੀਆਂ ਹੋਈਆਂ। ਸੋ ਹੁਣ ਆਪਾਂ ਚੱਲਦੇ ਹਾਂ ਅਤੇ ਉੱਥੋਂ ਪਾਸਪੋਰਟ ਕਲੈਕਟ ਕਰਕੇ, ਦੈਨ ਫਿਰ ਆਪਾਂ ਫਿਰ ਟਿਕਟ ਦਾ ਕਰਾਂਗੇ ਕੁਛ ਵੀ ਕਦੋਂ ਦੀ ਲੈਣੀ ਆ।
ਜੀ ਆਪਾਂ ਪਹੁੰਚ ਗਏ ਜੀ ਮੋਗੇ ਤੇ ਹੁਣ ਇੱਥੇ ਬਲੂ ਡਾਟ ਦਾ ਦਫ਼ਤਰ ਆ ਕਹਿੰਦੇ ਬੱਸ ਸਟੈਂਡ ਦੇ ਸਾਹਮਣੇ ਆ ਬਿਲਕੁਲ ਹੈ ਤੇ ਦੇਖਦੇ ਹਾਂ ਚੱਲ ਕੇ ਵੈਸੇ ਤਾਂ ਆਪਣਾ ਫਸਟ ਟਾਈਮ ਅਟੈਂਪਟ ਆ ਇਹ ਤੇ ਨਾਲੇ ਫਿਰ ਪਤਾ ਲੱਗ ਜੂਗਾ ਵੀ ਕਿੱਥੇ ਕਹਿ ਗਿਆ ਇਹਦਾ ਦਫ਼ਤਰ ਤੁਹਾਨੂੰ ਵੀ ਦੱਸਦੇ ਹਾਂ ਜੇ ਤੁਹਾਨੂੰ ਵੀ ਕਿਸੇ ਨੂੰ ਵੀ ਕਿਸੇ ਲੋਕੇਸ਼ਨ ਤੋਂ ਲੋੜ ਪੈ ਜੇ ਇੱਥੇ ਮੋਗੇ ਵਾਲੇ ਦਫ਼ਤਰ 'ਚ ਜਿੱਥੇ ਬਲੂ ਡਾਟ ਕੋਰੀਅਰ ਦੇ ਪਾਸਪੋਰਟ ਆਉਂਦੇ ਆ ध्यान रखियो। फाइनली आपां कलैक्ट कर लिया जी पासपोर्ट तो यह इत्थे आया सीगा बिट्टू कोरीयर सर्विस है ये तो यह हैगा शहीद भगत सिंह मार्केट पैंदी है इत्थे मोगे दे बस स्टैंड के बिल्कुल सामने कतवाली की बैक साइड से तो उत्थों आपां हुण पासपोर्ट कलैक्ट कर लिया हुण आपां चलते हैं घर वल नूं तो थोड़ा जिहा काहली च सीगे अजे जशन नूं भी लैणा ऑफिस चों उहदा भी 4:30 दा टाइम ऑफ होण ही वाला है। इधर तुसी देखो आ बस स्टैंड तो आ रही है रोड तो ये बिल्कुल नाल ही इधर जाके ना बैक साइड से इतने आ ऑफिस जितों पासपोर्ट वगैरह मिलते हैं जो मोगे का एड्रैस भरते हैं तो आप सीधी जा रही है फरीदकोट वालों तो इधर न चली जाऊगी बस स्टैंड वालों रोड जी आ गया अपने को पासपोर्ट तो हम आप फिर वापस जा रहे हैं फरीदकोट वालों आप फरीदकोट तो इतने 35 मिनटा च पहुँचे सी बाकी हुण इन्ना कि टाइम जाने लगो 35-40 मिनट तो बड़ी खुशी हो रही है यार मम्मी का पासपोर्ट आ वैसे तो पर खुशी मैनू बहुत ज़्यादा हो रही है सो बाकी चलो खुशी इस गल की है कि है ना घर दे जरूर वेखण एक करे भी आह बाहर का सब गेड़ा कढ़ के आउण जरूर एक करे जरूरी आ जिवें फादर साहब सीगे उन्हां दा पासपोर्ट बनाया अजे मेरे कोल आ मैनू उस चीज़ बहुत मतलब हर्ट हुंदी आ एक्सपायर हो गए पर उन्होंने भी रीज सी है ना एक बार जाने की सो चलो बिच ही रह गई सो मम्मी का पासपोर्ट आया होना है भी चलो मम्मी एक जाए हूँ तो दुनियादारी देखनी चाहिए आ सो बाकी हूँ जोड़ा पासपोर्ट है ये जा घर जाके खोलेंगे हूँ इतने तो नहीं खोलते अपना रस्ते च घर जाके खोलेंगे नाले फिर थोनू पीजे के दर्शन करवावे चलो मिलते हैं फिर आप मम्मी आ की कर रहे हो लसन इधर हो जश्न घंट लगते ना अल आप गिफ्ट तेरा गिफ्ट तेरा गिफ्ट है तेरा वीजा लग गया तेरे हाथ च है लैके आया मैं उतो घरे पहुंच गए सी कर एनवेलप ओपन कढ़ते हैं फिर अपना पासपोर्ट जिदे कि कनेडा का वीज़ा लग के आएगा सो लग के आ गया जी वीज़ा तो कैनेडा का हूँ आप करते हैं पासपोर्ट की तैयारी इस तो बाद आप लेने टिकट तो फिर करेंगे जान की तैयारी तो सत श्री अकाल सारे की हाल चाल है तो अज आप दिन आ ही गया आप माता ने चढ़ाने चलिया हूँ एयरपोर्ट पर तो मम्मी जा रहे हैं वैनकूवर कैनेडा तो हूँ आप समान वगैरह सारा एक डिग्गी रख लिया गया तो हम सारी फैमिली इकट्ठी हो गए फोटो सैशन होगा तो फिर चलते हैं हैलो से हैलो बस हूँ तैयारी है ना फोटो फोटो कराने वास्ते तो अपनी बस तैयारी है फल तो मम्मी ने चढ़ा के आने आप एयरपोर्ट पर आ देखो चलो बाय कर दो नानी जी बाय नानी बाय बंदा भी ले चल गए नाल चल गए भाई ओ चल गए भाई ओ गज्जू चल गए भाई चलो बैठो बीबी सो हुण आपां तुर पिया जी करो साढ़े नाल ने भाई साहब भाई मनप्रीत सिंह वाह बेटे अपना नाम बढ़िया लगता है बढ़िया लगता है मम्मी थोड़े जी इमोशनल हो गए सी पर चलो कोई नहीं लेडीज होती है हाँ होता ही है खुशी भी होती है इस मौके पे ते ओ बाहर लेना बार बार ही करते हैं जो गड्डी बह जाते हैं हजे घर का गेट बाहर नहीं लंघते गए नाल नाल जट रहिंदे सारे सही अपने जट हो जाएंगे तो हम आप 1.5 घंटे तो बाद पहुँच गए हैं इतने संगरूर है ना संगरूर पहुँच गए आप संगरूर बस 2 घंटे हाँ हम आप
ਆਪਾਂ ਇੱਥੇ ਰੁਕੇ ਹਾਂ ਜੀਓ ਦੇ ਪੰਪ ਤੇ ਸੰਗਰੂਰ ਤੋਂ ਬਾਹਰ ਬਾਹਰ ਤੇ ਇੱਥੋਂ ਤੇਲ ਤੂਲ ਭਰਾਉਣੇ ਆ ਗੱਡੀ 'ਚ ਫੁੱਲ ਕਰਾਉਣੇ ਆ ਨਾਲੇ ਲੱਤਾਂ ਲੱਤਾਂ ਸਿੱਧੀਆਂ ਹੋ ਜਾਣਗੀਆਂ ਆ ਜੀਓ ਵਾਲੇ ਬੰਦੇ ਖੜੇ ਪਤਾ ਲੱਗਦੇ ਆ ਵੇ ਇੱਧਰ ਦੇਖੋ ਹਰਾ ਬੰਦਾ ਤੇ ਹਰਾ ਹੀ ਪਿੱਲਰ ਹੈ ਪਤਾ ਨਹੀਂ ਲੱਗਦਾ ਗਾ ਇਹ ਹਰੇ ਹਰੇ ਕਰ ਛੱਡੇ ਚੱਕੋ ਜੀ ਆ ਬੇਲੀ ਨੇ ਕਰਤੀ ਟੈਂਕੀ ਫੁੱਲ ਫਿਰ ਨਹੀਂ ਟਲਿਆ ਤੂੰ ਹੈਂ ਹੁਣ ਫਿਰ ਕਿੰਨੇ ਦਈਏ ਠੀਕ ਠੀਕ ਲਾ ਲਾ ਪੈਸੇ ਯਾਰ ਇਹ ਤਾਂ ਭੱਜਾ ਹੀ ਜਾਂਦਾ ਹੈਗਾ ਇਹ ਤਾਂ ਸਾਡੇ ਅੱਗੇ ਖੜਦੇ ਨਹੀਂ ਪੈਗਾ ਰੰਗ ਇੱਕ ਯਾਰ ਕਿੰਨਾ ਹਰਾ ਆ ਨਾ ਹੈਂ ਕਿੰਨੇ ਦਾ ਪੈ ਗਿਆ 300 ਦਾ ਜੀ ਕਿੰਨੇ ਲੈਣੇ 300 ਜੀ ਇਹ ਪੂਰੇ ਪੈਸੇ ਮੰਗਦਾ ਬਾਰਗੇਨਿੰਗ ਤਾਂ ਕਰਦਾ ਨਹੀਂ ਗਾ ਯਾਰ ਮੈਂ ਕਿਹਾ ਮਾੜੇ ਮੋਟੇ ਘੱਟ ਕਰ ਲਾ ਯਾਰ ਹੈ ਕਹਿੰਦਾ ਨਹੀਂ ਦੋ ਵੱਜ ਗਏ ਹਨਾ ਆਪਾਂ ਨੂੰ ਇੱਥੇ ਪਹੁੰਚ ਗਏ ਹੁਣ ਆਪਾਂ ਇੱਥੇ ਇੱਕ ਢਾਬੇ ਤੇ ਰੁਕੇ ਹਾਂ ਬਸ ਇੰਨੇ ਕੁ ਹੋਏ ਹੋਣਾ ਟਾਈਮ ਦੇਖੀ ਕਿੰਨਾ ਹੋਇਆ 1:30 ਵਜੇ ਅੱਛਾ ਤੇ ਹੁਣ ਆਪਾਂ ਰੁਕੇ ਹਾਂ ਇੱਥੇ ਰੋਟੀ ਖਾਣ ਵਾਸਤੇ ਲੱਗਦਾ ਵੀ ਹੁਣ ਇੱਥੋਂ ਦਾ ਤਾਂ ਹਨਾ ਅਸੀਂ ਲਾਸਟ ਹੀ ਦਾਣਾ ਪਾਣੀ ਹੋਣਾ ਹਨਾ ਇਹ ਤਾਂ ਬਾਹਰ ਦਾ ਹੀ ਖਾਣਾ ਹੈ ਨਹੀਂ ਜਾਇਜ਼ ਦਾ ਵੀ ਖਾਣਾ ਹੈ ਜਾਇਜ਼ ਨਹੀਂ ਉੱਥੋਂ ਦਾ ਦਿੱਲੀ ਦਾ ਹਾਂ ਇੱਕ ਵਾਰੀ ਦਿੱਲੀ ਖਾਣਾ ਖਾਣਾ ਪਊਗਾ ਉਸ ਤੋਂ ਬਾਅਦ ਜਾਇਜ਼ ਦਾ ਖਾਣਾ ਫਿਰ ਤੇਰਾ ਕੈਨੇਡਾ ਦਾ ਖਾਣਾ ਹੋਣਾ ਸੋ ਤੁਸੀਂ ਆਹ ਦੇਖੋ ਜੀ ਆਪਾਂ ਇੱਥੇ ਜਿਹੜੇ ਗੁਰਦੁਆਰਾ ਸਾਹਿਬ 'ਚ ਰੁਕੇ ਸੀ ਨਾ ਇਹਦੀ ਛੱਤ ਦੇ ਉੱਪਰ ਬਿਲਕੁਲ ਕੰਧ ਨਾਲ ਸਾਂਝੀ ਲੱਗਦੀ ਹੈ ਗੁਰਦੁਆਰਾ ਸਾਹਿਬ ਦੀ ਸਾਹਮਣੇ ਆ ਜੀ ਏਅਰਪੋਰਟ ਇੱਥੇ ਏਅਰ ਇੰਡੀਆ ਦਾ ਜਹਾਜ਼ ਟੇਕ ਕਰਨ ਲੱਗਾ ਸਾਹਮਣੇ ਹੈਗਾ ਅਤੇ ਆਹ ਗੁਰਦੁਆਰਾ ਸਾਹਿਬ ਦੀ ਜਿਹੜੀ ਇੱਥੇ ਆ ਉਹ ਇਮਾਰਤ ਬਣੀ ਹੋਈ ਆ ਅਤੇ ਇਹਦੇ ਨਾਲ ਹੀ ਇੱਧਰਲੇ ਪਾਸੇ ਤੁਸੀਂ ਵੇਖੋ ਉੱਪਰ ਅਸੀਂ ਬੈਠੇ ਹੋਏ ਹਾਂ ਅਤੇ ਇੱਥੇ ਗੱਡੀਆਂ ਰੋੜ ਜਾਂਦੀ ਆ ਅਤੇ ਬਿਲਕੁਲ ਕੰਧ ਨਾਲ ਸਾਂਝੀ ਇੱਥੋਂ ਸਾਰਾ 20-25 ਮਿੰਟ ਲੱਗਦੇ ਆ ਅੰਦਰ ਏਅਰਪੋਰਟ ਜਾਣ ਵਿੱਚ ਸੋ ਹੁਣ ਆਪਾਂ ਇੱਥੋਂ ਨਿਕਲੇ ਹਾਂ ਜੀ ਆਪਾਂ 4:30 ਵਜੇ ਪਹੁੰਚ ਗਏ ਸੀ ਗੁਰਦੁਆਰਾ ਸਾਹਿਬ ਧਿਆਨ ਰੱਖਿਓ ਆਹ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਬਾਬੇ ਕੇ ਇਹ ਬਿਲਕੁਲ ਹੀ ਏਅਰਪੋਰਟ ਦੇ ਨਾਲ ਆ ਇੱਧਰ ਆ ਏਅਰਪੋਰਟ ਦੀ ਕੰਧ ਹੈ ਤੁਸੀਂ ਦੇਖ ਸਕਦੇ ਹੋ ਏਅਰਪੋਰਟ ਦਾ ਏਰੀਆ ਸਾਰਾ ਅਤੇ ਇੱਧਰ ਆ ਗੁਰਦੁਆਰਾ ਸਾਹਿਬ ਜਦੋਂ ਮਰਜ਼ੀ ਤੁਸੀਂ ਇੱਥੇ ਆਓ ਅਤੇ ਵਧੀਆ ਤੁਸੀਂ ਰੂਮ ਲੈ ਕੇ ਰਹਿ ਸਕਦੇ ਹੋ ਅਤੇ ਰੈਸਟ ਵੀ ਕਰ ਸਕਦੇ ਹੋ ਬਹੁਤ ਵਧੀਆ ਬਿਲਕੁਲ ਨਾਲ ਹੈ ਤੁਹਾਨੂੰ ਬਾਅਦ 'ਚ ਟੈਨਸ਼ਨ ਵੀ ਨਹੀਂ ਹੋਊਗੀ 15-20 ਮਿੰਟਾਂ ਦੇ ਵਿੱਚ ਅੱਗੇ ਜੀ ਪਾਰਕਿੰਗ 'ਚ ਅਤੇ ਮੰਮੀ ਹੁਣ ਰੈਡੀ ਹੈ ਠੀਕ ਹੈ ਅਤੇ ਆ ਗਿਆ ਜੀ ਆਪਣਾ ਸਮਾਨ ਸੋ ਚੱਲੀਏ ਆਇਓ ਏਅਰਪੋਰਟ ਤੇ ਗਾਂ ਜਦੋਂ ਐਂਟਰੀ ਹੁੰਦੀ ਨਾ ਉੱਥੇ ਗੇਟ ਤੇ ਪਤਾ ਲੱਗਦਾ ਹੈ ਕਿਹੜਾ ਚੱਲਿਆ ਸੀਗਾ ਲਓ ਜੀ ਆ ਗਏ ਪਹਿਲੀ ਵਾਰੀ ਹੁਣ ਤੁਸੀਂ ਜਦੋਂ ਵੀ ਕਿਤੇ ਜਾਣਾ ਮੰਮੀ ਨੇ ਕਿਹਾ ਮੈਂ ਏਅਰਪੋਰਟ ਦੇਖਣਾ ਮੈਂ ਏਅਰਪੋਰਟ ਦੇਖਣਾ ਦੇਖਣਾ ਕਹਿੰਦਾ ਸਿੱਧਾ ਕੈਨੇਡਾ ਹੀ ਚੱਲੀ ਪਈ ਆਪਦੇ ਜਾਣ ਵਾਲੇ ਆਪੇ ਹੀ ਦੇਖ ਲਾ ਹੁਣ ਏਅਰਪੋਰਟ ਆ ਬੰਦਾ ਆਪਣਾ ਸਮਾਨ ਲੈ ਕੇ ਜਾ ਰਿਹਾ ਹੈਗਾ ਹੈਲੋ ਭਾਈ ਸਾਹਿਬ ਹਾਊ ਆਰ ਯੂ ਕਿੱਧਰ ਮੂੰਹ ਚੱਕਿਆ ਜ਼ਿੰਦਗੀ ਮੰਮੀ ਆ ਰਿਹਾ ਪਿੱਛੇ ਨਾਲ ਨਾਲ ਆ ਗਿਆ ਮੈਟਰੋ ਦਾ ਇੱਥੇ ਨੀਚੇ ਮੈਟਰੋ ਨੂੰ ਚਲੀ ਜਾਂਦੀ ਹੈ ਅਤੇ ਇੱਧਰ ਨੂੰ ਚਲੀ ਜਾਂਦੀ ਹੈ ਏਅਰਪੋਰਟ ਨੂੰ ਸੋ ਆਪਾਂ ਚੈੱਕ ਇਨ ਕਰਵਾ ਦਈ ਮਾਤਾ ਦੀ ਅਤੇ ਹੁਣ ਚਲੇ ਗਏ ਅੰਦਰ ਅਤੇ ਹੁਣ ਤਾਂ ਬਸ ਖੱਜਲ ਕੀਤਾ ਇਹ ਗੱਲੋਂ ਪਤਾ ਕਿਵੇਂ ਵੀ ਵਧੀਆ ਚੈੱਕ ਇਨ ਹੋ ਜਾਣਾ ਸੀ ਕੋਈ ਪ੍ਰੋਬਲਮ ਨਹੀਂ ਸੀਗੀ ਜਿਹੜਾ ਡਾਕੂਮੈਂਟ ਉਹ ਮੰਗਦੇ ਪਏ ਸੀ ਨਾ ਉਹ ਆਂਟੀ ਕੋਲ ਸੀਗਾ ਬਟ ਕੀ ਹੈ ਕਿ ਜਾਣ ਕੇ ਖੱਜਲ ਕਰਨ ਲੱਗੇ ਨਾ ਉਹਨਾਂ ਨੇ ਕਿਹਾ ਵੀ PR ਕਾਰਡ ਉਹਨਾਂ ਦਾ ਜਿਹਨਾਂ ਦੇ ਕੋਲ ਚੱਲਦੇ ਉਹਨਾਂ ਦਾ ਮੰਗਾਓ ਅਤੇ ਜਦੋਂ ਅਸੀਂ ਭੇਜਿਆ ਜਿਹੜਾ ਡਾਕੂਮੈਂਟ ਪਹਿਲਾਂ ਸੀਗਾ ਉਹਦੇ ਨਾਲ ਸਰ ਗਿਆ ਕਰਦੇ ਖਰਾਬ ਹੀ ਗੁੱਲ ਮਿਲਾ ਕੇ ਹੁਣ ਆਪਾਂ ਲੱਗੀ ਹੁਣ ਭੁੱਖ ਸਾਕੀ ਨਾ ਕੁਛ ਖਾਈਏ ਹੈ KFC ਆਏ ਹਾਂ ਹੁਣ ਆਪਾਂ ਆ ਗਏ ਇੱਥੇ ਫੂਡ ਦੇ ਵਿੱਚ ਇੱਥੇ KFC ਵੀ ਹੈਗਾ ਹੂਟਰ ਮਾਰੀ ਜਾਂਦਾ
ਲੈਣੇ ਨਜ਼ਾਰੇ ਪੂਰੇ ਆ ਖਾ ਕੇ ਫਿਰ ਚੱਲਦੇ ਹਾਂ। आजा मार। चलो अब कट के कटो सारा कटना है, थोड़ा कटूगी बस तो दोबारा काट दे। थैंक यू। डन डन डन।